माफुशी। आ गया जी साड़ी रोटी ते पनीर बटर मसाला जिच पनीर ते सोखना तीन चार पीस ही नजर आते हैं। अजे पता करना वा की चीज़ आ यह सानू ना सजेस्ट किया क्या तो ही ले लो बाकी दसदा ही किहड़ा करते हैं जे कहने हाफ डे टूर लेना हो चाह भी ऑप्शन है। रब दे रंग स्काई दे किन्ने कलर होए पए आ हुण इह साडे ना हो गई एक कलोल अहीं गए एक रेस्टोरेंट दे विच रेस्टोरेंट नहीं ਪੰਜਾਬੀ ਟੂਰਿਸਟ ਕਪਲ ਤੇ ਅਸੀਂ ਹੁਣ ਆ ਗਏ ਆ 에어ਪੋਰਟ ਤੇ ਤੁਸੀਂ ਕਹੋਗੇ ਰੋਲ ਰੋਏ 에어ਪੋਰਟ ਹੀ ਆ ਜਾਂਦੇ ਆ 23 ਤਰੀਕ 에어ਪੋਰਟ 24 ਤਰੀਕ 에어ਪੋਰਟ ਅੱਜ 25 ਤਰੀਕ ਫਿਰ ਅਸੀਂ 에어ਪੋਰਟ ਤੇ ਹੀ ਆ ਗਏ ਆ ਪਰ ਵਾਪਸ ਅਜੇ ਵੀ ਨਹੀਂ ਜਾਣ ਲੱਗੀ ਅਸੀਂ ਹੋੜ ਇੱਥੋਂ ਹੀ ਜਾਣਾ ਹੈ ਮਾਫੂਸ਼ੀ ਤੇ ਪਹਿਲੇ ਦਿਨ ਅਸੀਂ ਮਾਲੇ ਰੁਕੇ ਸੀ ਦੂਸਰੇ ਦਿਨ ਅਸੀਂ ਗਏ ਸੀ ਪ੍ਰਾਈਵੇਟ ਪ੍ਰਾਪਰਟੀ ਅਦਾਰਨ ਪ੍ਰੈਸਟੀਜ ਅੱਜ ਹੀ ਜਾਵਾਂਗੇ ਮਾਫੂਸ਼ੀ ਤੇ ਦੇਖਦੇ ਹਾਂ ਮਾਫੂਸ਼ੀ ਕਿਹੜੀ ਫੈਰੀ ਜਾਣੀ ਕੀ ਸਪੀਡ ਬੋਟ ਜਾਣਾ ਹੈ ਚਲੋ ਚੱਲਦੇ 에어ਪੋਰਟ ਦੇ ਅੰਦਰ ਤੇ ਕਰਦੇ ਆ ਪਤਾ ਆ 에어ਪੋਰਟ ਕੋਡ ਬੈ ਗਏ ਆ ਜੀ ਅਸੀਂ ਮਾਲੇ 에어ਪੋਰਟ ਤੋਂ ਫੈਰੀ ਤੇ ਮਾਲੇ ਸਿਟੀ ਜਾਣ ਵਾਸਤੇ ਜੇ ਅਸੀਂ ਇੱਥੋਂ ਸਿੱਧੀ ਸਪੀਡ ਬੋਟ ਲੈਂਦੇ ਮਾਫੂਸ਼ੀ ਤੱਕ ਤੇ ਲੱਗਦੇ ਪਏ ਸੀ $25 ਪਰ ਪਰਸਨ ਯਾਨੀ ਕਿ ਦੋਵਾਂ ਦੇ ਹੋ ਗਏ $50 ਅਪਰੋਕਸੀਮੇਟ ਕੋਸਟ ਆਈ ਡੀ ਹੀ 4000 ਤੋਂ ਉੱਤੇ ਆਉਣੀ ਸੀ ਲਗਭਗ 4500 ਆ ਜਾਣੀ ਸੀ ਤੇ ਇਸ ਤਰ੍ਹਾਂ ਹੁਣ ਅਸੀਂ ਇਹਨਾਂ ਨੂੰ ਪਹਿਲਾਂ 10-10 ਰੁਪਏ ਦਿੱਤੇ ਨੇ ਯਾਨੀ ਕਿ 20 ਰੁਪਏ ਦੋਵਾਂ ਦੇ ਲਗਭਗ 100 ਰੁਪਈਆ ਫੈਰੀ ਦੇ ਵਿੱਚ ਮਾਲੇ ਜਾਣ ਦਾ ਮਾਲੇ ਸਿਟੀ ਉਸ ਤੋਂ ਫਿਰ ਸਾਨੂੰ ਅੱਗੇ ਫੈਰੀ ਮਿਲੇਗੀ ਟਾਈਮ ਸਾਡਾ ਇਹਦੇ ਵਿੱਚ ਤਕਰੀਬਨ 1.5 ਘੰਟਾ ਵੱਧ ਲੱਗ ਜਾਣਾ ਉਸ ਤਰ੍ਹਾਂ ਹੀ ਸ਼ਾਇਦ 2:30 ਵਜੇ ਤੱਕ ਪਹੁੰਚ ਜਾਣਾ ਹੀ ਉੱਥੇ ਮਾਫੂਸ਼ੀ ਇਸ ਤਰ੍ਹਾਂ ਸ਼ਾਇਦ ਸਾਨੂੰ 4 ਵਜ ਜਾਣ ਤੇ ਪਰ ਪੈਸੇ ਦੀ ਬਚਤ ਕਾਫੀ ਹੋਊਗੀ ਅੱਜ ਅਸੀਂ ਉੱਥੇ ਜਾ ਕੇ ਕਰਨਾ ਕੁਝ ਵੀ ਨਹੀਂ ਆ ਕਿਉਂਕਿ ਜਿਹੜੀਆਂ ਵੀ ਐਕਟੀਵਿਟੀਜ਼ ਕਰਨੀਆਂ ਕੱਲ੍ਹ ਕਰਨੀਆਂ ਸੋ ਟਾਈਮ ਦੀ ਇੰਨੀ ਜ਼ਰੂਰਤ ਨਹੀਂ ਸੀ ਉੱਥੇ ਵੀ ਜਾ ਕੇ ਹੀ ਇੱਧਰ ਉੱਧਰ ਫਿਰਨਾ ਹੀ ਤੇ ਅਸੀਂ ਚਲੋ ਨਾਲੇ ਰਸਤੇ ਦਾ ਇੰਜੋਏ ਕਰਾਂਗੇ ਤੇ ਨਾਲੇ ਵੇਖਦੇ ਕਿੰਨੇ ਪੈਸੇ ਬਚਦੇ ਆ ਮਿਲਦੇ ਆ ਤੁਹਾਨੂੰ ਮਾਲੇ ਜਾ ਕੇ ਇਹ ਫੈਰੀ ਤੁਸੀਂ ਵੇਖੀ ਆ ਅੱਗੇ ਵੀ ਫਿਰ ਤੋਂ ਆ ਗਏ ਆ ਜੀ ਮਾਲੇ ਸ਼ਹਿਰ ਇਹ ਆ ਜੀ ਮਾਲੇ ਸ਼ਹਿਰ ਇੱਥੇ ਸਾਨੂੰ ਸਾਡੀ ਫੈਰੀ ਉਤਾਰ ਦੇਗੀ ਉਹ ਫੈਰੀ ਟਰਮੀਨਲ ਆ ਤੇ ਫਿਰ ਇੱਥੋਂ ਦੇਖਦੇ ਆ ਅੱਗੇ ਸਾਨੂੰ ਕਿਹੜੀ ਫੈਰੀ ਮਿਲਦੀ ਹੈ ਤੇ ਕਿੰਨੇ ਦੀ ਮਿਲਦੀ ਹੈ ਤੇ ਕਿੰਨੇ ਵਜੇ ਮਿਲਦੀ ਹੈ ਇਹ ਮਾਲੇ ਆ ਕੇ ਆਏ ਆ ਜੀ ਟਿਕਟਿੰਗ ਇਨਫੋਰਮੇਸ਼ਨ ਤੇ ਇੱਥੇ ਆ ਕੇ ਸਾਨੂੰ ਕਲੋਲ ਹੋ ਗਈ ਸਾਡੇ ਨਾਲ ਕਹਿੰਦੇ ਆ ਕਿ ਜਿਹੜੀ ਮਾਫੂਸ਼ੀ ਵਾਸਤੇ ਫੈਰੀ ਆ ਉਹ ਅੱਜ ਕੈਂਸਲ ਆ ਡਿਊ ਟੂ ਬੈਡ ਵੈਦਰ ਵੈਦਰ ਤੇ ਕੋਈ ਇੰਨਾ ਮਾੜਾ ਨਹੀਂ ਆ ਵੈਸੇ ਪਰ ਉਹ ਫੈਰੀ ਕੈਂਸਲ ਮਿਲੀ ਆ ਹੁਣ ਜੈਟੀ ਨੰਬਰ 6 ਤੇ ਜਾਓ ਤੇ ਉੱਥੇ ਪਤਾ ਕਰੋ ਸ਼ਾਇਦ ਕੋਈ ਸਪੀਡ ਬੋਟ ਮਿਲੇ ਚਲੋ ਦੇਖਦੇ ਹਾਂ ਮੀਂਹ ਪੈਂਦਾ ਪਿਆ ਇੱਥੇ ਸਮਾਨ ਚੱਕ ਕੇ ਹੀ ਤੁਰੇ ਜਾਂਦੇ ਆ ਜੈਟੀ ਨੰਬਰ 6 ਤੇ ਹੀ ਜਾਣਾ ਹੈ ਉੱਥੋਂ ਕਹਿੰਦੇ ਕਿ ਸਪੀਡ ਬੋਟ ਮਿਲੂਗੀ ਹੁਣ ਪਤਾ ਨਹੀਂ ਸਾਡੇ ਕੋਈ ਪੈਸੇ ਬਚਦੇ ਆ ਕਿ ਉਹਦੇ ਨਾਲੋਂ ਵੀ ਵੱਧ ਲੱਗਦੇ ਆ ਇਹ ਜਾਇਆ ਪਤਾ ਲੱਗੂਗਾ ਤੇ ਪਰ ਅਸੀਂ ਮੀਂਹ 'ਚ ਤੁਰੇ ਜਾਂਦੇ ਹਾਂ ਜੈਟੀ ਨੰਬਰ 6 ਉਹ ਹਰੀ ਜੀ ਬਿਲਡਿੰਗ ਆ ਸਾਹਮਣੇ ਉਹਦੇ ਲਾਗੇ ਆ ਕਹਿੰਦੇ ਜੈਟੀ ਨੰਬਰ 6 ਟਾਈਮ ਵੀ ਨਹੀਂ ਪਤਾ ਕੀ ਆ ਤੇ ਚੱਲ ਜੇ ਤੇ ਉਹਦੇ ਨਾਲੋਂ ਜਿਹੜੇ 에어ਪੋਰਟ ਤੋਂ ਪੈਸੇ ਲੱਗਦੇ ਪਏ ਸੀ ਉੱਥੋਂ ਲੱਗਦਾ ਪਏ 5-4 ਹਜ਼ਾਰ 4.5 ਹਜ਼ਾਰ ਜੇ ਤੇ ਰੁਪਈਆ 1000 ਵੀ ਵੱਜ ਜੂਗਾ ਫਿਰ ਤਾਂ ਕੋਈ ਗੱਲ ਨਹੀਂ ਅਤੇ ਜੇ ਉਨੇ ਹੀ ਲੱਗ ਗਏ ਤਾਂ ਫਿਰ ਗੱਲ ਮਾੜੀ ਆ ਚਲੋ ਚੱਲਦੇ ਦੇਖਦੇ ਹਾਂ ਹੁਣ ਸਪੀਡ ਬੋਟ ਲੈ ਕੇ ਚੱਲੇ ਹਾਂ ਇੱਥੋਂ ਮਾਫੂਸ਼ੀ ਨੂੰ ਮਾਫੂਸ਼ੀ ਟਰੈਵਲ ਨਾਂ ਦੀ ਇੱਕ ਸਪੀਡ ਬੋਟ ਆ ਉਹਦੇ ਵਿੱਚ ਬੈਠ ਗਏ ਹਾਂ ਅਤੇ ਜਾ ਰਹੇ ਹਾਂ ਅਤੇ ਪੈਸੇ ਇਹਨੂੰ ਪੁੱਛਿਆ ਸੀ ਕਹਿੰਦੇ $25 ਪਰ ਪਰਸਨ ਜਿਹੜੇ ਪੈਸੇ 에어ਪੋਰਟ ਤੋਂ ਲੈਂਦੇ ਪਏ ਮੈਂ ਕਿਹਾ ਮੈਂ ਇੰਨੇ ਪੈਸੇ ਨਹੀਂ ਦੇਣੇ ਕੁਛ ਡਿਸਕਾਊਂਟ ਕਰ ਹੁਣ ਕਰਦਾ ਵਾ ਕਿ ਨਹੀਂ ਕਰਦਾ ਉਹ ਅਜੇ ਪਤਾ ਨਹੀਂ ਅਜੇ ਇੰਨੇ ਪੈਸੇ ਸਾਡੇ ਕੋਲ ਕੋਈ ਲਏ ਨਹੀਂ ਆ ਵੈਸੇ ਦੇਖਦੇ ਹਾਂ ਜਾ ਰਹੇ ਹਾਂ ਪਾਣੀ ਦਾ ਰੰਗ ਚੈੱਕ ਕਰੋ ਪੂਰਾ ਸਕਾਈ ਬਲੂ ਕਲਰ ਦਾ ਹੋ ਗਿਆ ਵਾ ਜਿਸ ਰੰਗ ਦਾ ਆਪਣਾ ਆਸਮਾਨ ਹੁੰਦਾ ਉਸ ਰੰਗ ਦਾ ਪਾਣੀ ਪੂਰਾ ਮਾਫੂਸ਼ੀ ਦੀ ਪਹਿਲੀ ਲੁੱਕ ਜੀ ਪਹੁੰਚ ਗਏ ਹਾਂ ਲਗਭਗ 35 ਮਿੰਟ ਦੇ ਵਿੱਚ 30 ਮਿੰਟ ਦੇ ਵਿੱਚ ਮਾਫੂਸ਼ੀ
पहुँच गया जी माफूशी। तो यह माफूशी के कुछ आते सारे इस तरह का लुक मिलया है। इतने मैं जिदा ना यूट्यूब वीडियो देखी असं तीन चार रोड्स है ने छोटा जहा आईलैंड इतने अं आ गए हैं। अगे वो जड़िया दुकान आई थिंक वेंडर दिन ने जिन्होंने वाटर एक्टिविटीज़ करानिया ने, चलो सारा कुछ देखा। तो जोड़े पैसे देने पे ने पैसे कुछ इस तरह देने पे ने कि यह मंगता पाया ही मेरे को 400 रुपया पर परसन, यानी कि 2000 रुपया एक जाने का। तो फिर मैं घटा 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 के तो फिर इन्हें मेरे को मैं 500 रुपया दिता दोवे जाने का, 2500 रुपया लग लग अंदाजा। तो उत्ते नहीं मनिया, फिर 100 रुपया इन होर दिता, यानी कि कुल 600 रुपया इतों का, यानी मैं 3000 रुपया देना पाया तो 100 रुपया देना पाया ही पहला एयरपोर्ट तो माले आन का, यानी कुल 3100 रुपया लगा इतने तक आन का। तो जे ही सीधा उतो करते उ स्पीड बोट डायरैक्ट एयरपोर्ट तो उत्थे लगते पे ही $50 तकरीबन 41-42 सौ रुपया 41 सौ ही, तो 1000 रुपये का ही फायदा होया, कोई बहुत तो नहीं होया। मैं सोचा ही शायद 2-2.5 हज़ार का फायदा हो जाता, पर फेरी कैंसल होने करके साडा फायदा सिर्फ 1000 का ही हो सकता। चलो खैर जो भी फायदा होया ठीक होया, हम असं जा रहे हैं। इन्ना की आस साइड तो समुद्र आ, वो शायद तुम उस साइड पर भी समुद्र नज़र आ रहा हो। इन्ना की है आईलैंड है, तो अगे सारिया दुकाना ने जितों असी अपने एडवेंचर एक्टिविटी बुक करा। सत श्री अकाल जी, माफूशी आके बड़ी जद्दी जहद करने तो बाद वो पिछे तक ही समुद्र तक हो आए पर सू लभदा नहीं पाया, पर अखीर तो हम लभ गया वा होटल साढ़ा नाल आईलैंड विलेज आ गया जी। नाला आईलैंड विलेज ए होटल आ, चलो चलते अंदर। हम तुम रूम टूर दें जी अपने नाल आईलैंड विलेज होटल के रूम का। वो सामने लोग एक्टिविटी कर रहे, कोई पैरासेलिंग कर रहे हैं। आ रोड आ जी सीधी आई लैफ्ट होके, चलो होटल आ गया। तो इस तरह रिसेप्शन सी, आ रूम साडा रूम है 203। कमरा साफ सुथरा बनया है, बहुत बहुत ठीक वधिया कमरा है जी। एक सिंगल बैड इधर लगा है, एक डबल बैड इधर लगा है जी। तो ठीक है, सफिशेंट जी स्पेस आ। इधर टेबल नॉर्मल जहा वॉशरूम, हाँ कुछ है रूम वधिया, ठीक है वधिया गुड। एसी लगा है, टीवी लगा है, कबर्ड हैगा है। तीन बंदे वास्ते है वैसे, तो इतने एक बंदा, दो बंदे इतने। ओके मिले जी सानू वाइट शैल रेस्टोरेंट, जिदा शायद पहले पुराना नाम मसाला स्ट्रीट हैगा वा। तो इन्हां दा मेन्यू आ जिद कुछ ना कुछ थोड़ा जहा इंडियन फूड मिले है वेजिटेरियन। और रोटी जी लिखा $0.50 की, यानी 40 रुपये की एक नॉर्मल तवा रोटी। तो एक ही रोटियां मंगा लिया ने, तो प्लस असी सब्जी मंगाई आ पनीर बटर मसाला जो कि $5.50 की, तकरीबन 450 रुपये की, 450 रुपये की। आ बाकी पूरा मेन्यू आ, पढ़ सकते जो आप ही। आ जड़े पैसे आ सारे मालदीव रुपया के लिखे आ, मालदीव रुपया। इनू अगर करना वा तो 5 ना गुणा कर लियो, यह अगर देखते पे हाँ तो 82 रुपये ना गुणा कर लियो, 80 ना कर लियो, 82 ना कर लियो, ये कोल कोल ही आई बस रेट। आ गया है जी साड़ी रोटी ते पनीर बटर मसाला, जिस पनीर के सुख ना 3-4 पीस ही नज़र आते हैं। चलो 3-4 तो आते हैं, रोटियां भी आ गई ने, खाने देखते हैं कितना दे। एक दो तीन चार पाँच, एक दो तीन छे पीस ये आ गए साडा बिल, एक पनीर बटर मसाला तो 7 रोटियां $9, तो उपर $2 लगभग टैक्स ला लिया, $11 का बिल बन गया मसाला स्ट्रीट माफूशी। बाकी स्वाद की गल करिए माड़ा नहीं, जे तुम पंजाब वाले मसाले लभो वो टेस्ट तो नहीं लभना, लेकिन फिर भी इतने यो जगह बह के इदा का खाना अगर वैजीटेरियन मिल रहा वा तो वधिया वा, माड़ा नहीं है। किदा लगा जी? कैंट सी। चलो ये खा पी लिया है, इन्होंने पैसे देकर चलिए $11। यह सारिया शॉप्स ने जो तुम वाटर एक्टिविटीज वगैरह का पता कर सकते हैं। इदा ही इतने एक शॉप हैगी है सी ड्रॉप टूर्स,
ਜਿੱਥੋਂ ਤੁਸੀਂ ਫੁੱਲ ਡੇ ਹਾਫ ਡੇ ਟੂਰ ਪੈਕੇਜ ਲੈ ਸਕਦੇ ਆ ਉਹਦੇ ਵਿੱਚ ਹੀ ਦੇਖ ਰਹੇ ਆ। ਇੱਕ ਇਹਨਾਂ ਦਾ ਪੈਕੇਜ 6 ਬਾਬੂ ਐਕਸਪਲੋਰਰ, ਇਹਦਾ ਅਜੇ ਪਤਾ ਕਰਨਾ ਵਾ ਕੀ ਚੀਜ਼ ਆ, ਇਹ ਸਾਨੂੰ ਨਾ ਸੁਜੈਸਟ ਕੀਤਾ ਕਿ ਤੁਸੀਂ ਲੈ ਲਓ, ਬਾਕੀ ਦੱਸਦਾ ਸੀ ਕਿਹੜਾ ਕਰਦੇ ਆ। ਜੇ ਕਿਸੇ ਨੇ ਹਾਫ ਡੇ ਟੂਰ ਲੈਣਾ ਹੋਵੇ ਉਹ ਚਾਹ ਵੀ ਆਪਸ਼ਨ ਹੈਗਾ ਵਾ, ਆ ਵੀ ਫੁੱਲ ਡੇ ਟੂਰ 'ਚ ਆ ਜਾਂਦਾ ਵਾ। ਇਹ 'ਚ ਖਰਚਾਂਗੇ ਤਾਂ ਤੁਹਾਨੂੰ ਸ਼ਾਕਸ ਵਿਖਾਉਣਗੇ, ਨਰਸ ਸ਼ਾਕਸ, ਇਹ ਹਾਰਮਫੁੱਲ ਨਹੀਂ ਹੁੰਦੀਆਂ। ਅਤੇ ਇਹਦਾ ਮੈਂ ਪੁੱਛਣਾ ਅਜੇ ਇਹ ਕੀ ਚੀਜ਼ ਹੈ। ਹੋਰ ਜਗ੍ਹਾ ਆਏ ਹਾਂ ਇੱਥੇ, ਅਤੇ ਆਹ ਇੱਥੇ ਇਹਨਾਂ ਕੋਲ ਆ ਹੈਗੇ ਨੇ ਪੈਕੇਜ, ਉਸ ਤਰ੍ਹਾਂ ਦੇ ਪੈਕੇਜ ਇਹਨਾਂ ਕੋਲ ਹੈਗਾ ਹੈ। $50 ਪਰ ਪਰਸਨ ਦਾ ਫੁੱਲ ਡੇ ਦਾ, ਪਰ ਉਹਨੇ $15 ਕਿਹਾ ਸੀ ਡਰੋਨ 'ਤੇ, $10 ਲਿਖੇ ਇਹਨਾਂ ਨੇ। ਦੋ ਸਨੋਰਕਲਿੰਗ ਪੁਆਇੰਟ ਨੇ, ਇੱਕ ਡੋਲਫਿਨ ਦਾ ਅਤੇ ਸੋਰੀ ਇੱਕ ਨਰਸ ਸ਼ਾਰਕ ਦਾ, ਇੱਕ ਕੋਰਲ ਗਾਰਡਨਸ ਦਾ। ਆਪਸ਼ਨ ਦਿੱਤਾ ਵਾ ਉਹੀ ਸੇਮ ਦਾ ਆਪਸ਼ਨ ਹੈ, ਪਹਿਲਾ ਆਪਸ਼ਨ ਇਹਨਾਂ ਨੇ ਸਾਨੂੰ ਇੱਕ ਆਪਸ਼ਨ ਆ ਦਿੱਤਾ ਜੀ $75 ਦਾ, ਜੇ ਤੁਹਾਡੀ ਸਕੂਬਾ ਡਾਈਵਿੰਗ ਹੈਗੀ ਹੈ, ਇਹ 2 ਘੰਟੇ ਦੀ ਸਕੂਬਾ ਡਾਈਵਿੰਗ ਹੈ, ਇਹ 'ਚ ਹੋਰ ਕੁਛ ਨਹੀਂ ਆ। ਇਹ ਜੇ ਕਨਫਿਊਜ਼ ਆ, ਵਾਹਵਾ ਸਾਰੀ ਸੋਚ ਵਿਚਾਰ ਤੋਂ ਬਾਅਦ ਉੱਥੇ ਹੀ ਮਨ ਬਣਿਆ ਕਿ ਅਸੀਂ ਜਾਵਾਂਗੇ ਜਿੱਥੋਂ ਸਭ ਤੋਂ ਪਹਿਲਾਂ ਪਤਾ ਕੀਤਾ ਵਾ, ਅਤੇ ਉੱਥੇ ਜਾ ਕੇ ਹੀ ਜਿਹੜਾ ਉਹਨੇ ਦੱਸਿਆ ਸਾਨੂੰ $50 ਪਰ ਪਰਸਨ ਵਾਲਾ ਰੇਟ, ਸਭ ਤੋਂ ਸੇਮ ਹੀ ਆ, ਬਾਕੀ ਉਹਦਾ ਥੋੜ੍ਹਾ ਸਮਝਾਉਣ ਦਾ ਤਰੀਕਾ ਜ਼ਿਆਦਾ ਵਧੀਆ ਲੱਗਾ। ਉੱਥੇ ਜਾਵਾਂਗੇ ਅਤੇ ਜਾ ਕੇ ਬੁੱਕ ਕਰਦੇ ਹਾਂ। ਮੈਨੂੰ ਆਈਏ ਪਹਿਲਾਂ ਅੱਗੇ, ਆਹ ਇੱਦਾਂ ਹੀ ਆ ਮਾਫੂਸ਼ੀ, ਇੱਥੇ ਜਸਟ ਐਕਟੀਵਿਟੀ ਵਾਸਤੇ ਲੋਕ ਆਉਂਦੇ, ਅਸੀਂ ਬਸ ਵਾਸਤੇ ਆਏ ਹਾਂ। ਆਹ ਫੈਰੀਆਂ ਵਗੈਰਾ ਲੱਗੀਆਂ ਨੇ ਸਾਰੀਆਂ, ਅਤੇ ਇੱਧਰ ਆਹ ਪਹਿਲੀ ਰੋਡ ਆ, ਉੱਥੋਂ ਲੈ ਕੇ ਉਹ ਸ਼ੁਰੂ ਹੋ ਜਾਂਦੀ ਆ, ਇਹ ਲਾਸਟ ਤੱਕ ਰੋਡ ਜਾਂਦੀ ਆ, ਅਤੇ ਇੱਥੇ ਸਾਰੀਆਂ ਦੁਕਾਨਾਂ ਨੇ ਖਾਣ ਪੀਣ ਵਾਲੀਆਂ, ਜਾਂ ਹੋਟਲ ਵਗੈਰਾ ਵੀ ਬਣਦੇ ਪਏ ਆ। ਅਸੀਂ ਆ ਗਏ ਵੈਸੇ ਲਾਸਟ ਤੱਕ, ਹੋਰ ਅੱਗੇ ਤੱਕ ਹੋ ਆਉਂਦੇ ਇੱਕ ਵਾਰੀ, ਚਲੀਏ। ਓਏ ਆਹ ਦੇਖੋ ਇਹ ਬੰਨੇ ਹੋਏ ਆ ਇਹਨਾਂ ਨੇ, ਕਹਿੰਦੇ ਤਾਂ ਕੁਛ ਨਹੀਂ ਪਏ। ਲੋਕੀ ਨੂੰ ਚੋਗਾ ਖਵਾਈ ਜਾਂਦੇ ਆ, ਖਾਈ ਜਾਂਦੇ ਆ। ਬਸ ਉਹ ਜਿੱਥੇ ਅੱਗੇ ਨਜ਼ਰ ਆ ਰਿਹਾ ਉਹ ਐਂਡ ਆ, ਉਸ ਤੋਂ ਅੱਗੇ ਕੁਛ ਨਹੀਂ ਹੈਗਾ। ਉਸ ਤੋਂ ਅੱਗੇ ਉਹ ਹੈਗਾ ਇਹਨਾਂ ਦਾ ਮਾਫੂਸ਼ੀ ਜੇਲ, ਮਾਲਦੀਵਸ ਦੀ ਜਿਹੜੀ ਜੇਲ ਆ ਉਹ ਇੱਥੇ ਮਾਫੂਸ਼ੀ 'ਚ ਬਣੀ ਆ। ਕਿਲੋਮੀਟਰ ਤੋਂ ਬਾਅਦ ਆਈਲੈਂਡ ਨਹੀਂ ਹੋਣਾ, ਅਤੇ ਇੱਥੇ ਲੋਕਾਂ ਨੇ ਕਾਰਾਂ ਰੱਖੀਆਂ ਹੋਈਆਂ। ਕੀ ਕਰਨਾ ਇਹਨਾਂ ਨੇ ਕਾਰਾਂ ਦਾ, ਸਮੁੰਦਰ 'ਚ ਲੈ ਕੇ ਜਾ ਨਹੀਂ ਸਕਦੇ। ਸਕੂਟਰੀਆਂ ਤਾਂ ਠੀਕ ਆ, ਪਰ ਕਾਰਾਂ ਦੀ ਤਾਂ ਮੈਨੂੰ ਲੱਗਦਾ ਨਹੀਂ ਜ਼ਰੂਰਤ ਆ। ਚਲੋ ਰੱਖੀਆਂ, ਕੋਈ ਨਾ ਕੋਈ ਜ਼ਰੂਰਤ ਹੋਊਗੀ ਇਹਨਾਂ ਨੂੰ। ਮਿਲ ਗਈ ਜੀ ਰਸੀਦ ਤੁਹਾਨੂੰ $26.45 ਦੇ ਪੈਸੇ ਨੰਬਰ $100 ਦੇ ਦਿੱਤਾ ਹੈ ਜੀ। ਅਤੇ ਬਸ ਇਹ ਮੁੱਕ ਜਾਂਦੀ ਆ ਰੋਡ ਇੱਥੇ ਆ ਕੇ ਜੀ, ਇੰਨਾ ਹੀ ਆਈਲੈਂਡ ਆ, ਅੱਗੇ ਫਿਰ ਸਮੁੰਦਰ ਆ ਗਿਆ। ਇੱਥੇ ਜਿਹੜਾ ਟੂਰਿਸਟ ਵਾਸਤੇ ਇੱਥੇ ਇੱਕੋ ਇੱਕ ਬੀਚ ਆ ਜਿੱਥੇ ਉਹ ਆਪਣੀ ਮਰਜ਼ੀ ਦੇ ਕੱਪੜੇ ਪਾ ਕੇ ਰੁਕ ਸਕਦੇ ਨੇ, ਕਿਉਂਕਿ ਇਹ ਮੁਸਲਿਮ ਕੰਟਰੀ ਆ। ਜਿਹੜੇ ਬਾਕੀ ਦੇ ਇਸ ਆਈਲੈਂਡ ਦੇ ਵਿੱਚ ਬੀਚ ਨੇ ਉੱਥੇ ਆਪਣੀ ਮਰਜ਼ੀ ਦੇ ਕੱਪੜੇ ਨਹੀਂ, ਉਹਨਾਂ ਨੂੰ ਪੂਰੇ ਕੱਪੜੇ ਹੀ ਪਾਉਣੇ ਪੈਣਗੇ। ਅਤੇ ਇਹ ਜਿਹੜਾ ਹੈਗਾ ਵਾ ਬੀਚ, ਇੱਥੇ ਉਹ ਜਿਸ ਤਰ੍ਹਾਂ ਮਰਜ਼ੀ ਰੁਕ ਸਕਦੇ ਨੇ, ਕੋਈ ਇਸ਼ੂ ਨਹੀਂ ਹੈਗਾ। ਆਏ ਜੀ ਉਹ ਬੀਚ, ਟੂਰਿਸਟ ਵਾਲਾ ਬੀਚ, ਆਹ ਹੋਟਲ ਆ ਪਿੱਛੇ, ਅਤੇ ਬਸ ਖਤਮ, ਇਸ ਤੋਂ ਅੱਗੇ ਕੁਛ ਨਹੀਂ। ਮਹਾਰਾਜ ਇੱਦਾਂ ਹੀ ਬੈਠੇ ਹਾਂ ਇੱਥੇ ਬੀਚ 'ਤੇ, ਅਤੇ ਆਹ ਇੱਕਦਮ ਨਿਗਾਹ ਪਈ ਆ, ਆਹ ਦੇਖੋ ਰੱਬ ਦੇ ਰੰਗ ਸਕਾਈ ਦੇ ਕਿੰਨੇ ਕਲਰ ਹੋਏ ਪਏ ਆ, ਔਰੇਂਜ, ਗ੍ਰੇ, ਵਾਈਟ, ਬਲੈਕ, ਪਤਾ ਨਹੀਂ ਕਿੰਨੇ ਰੰਗ ਆ ਉਹ ਸਕਾਈ ਬਣਿਆ ਪਿਆ। ਆਹ ਸਾਰਾ ਇੱਧਰ ਬੀਚ ਆ, ਬੀਚ ਦੇ ਪਿਛਲੇ ਪਾਸੇ ਹੈਗਾ ਇਹ ਹੋਟਲ। ਇਸ ਹੋਟਲ 'ਚ ਨਹੀਂ ਅਸੀਂ ਰਹਿ ਰਹੇ, ਸਾਡਾ ਹੋਟਲ ਇਹਦੀ ਬੈਕ ਸਾਈਡ 'ਤੇ ਆ, ਵੈਸੇ ਉੱਦਾਂ ਬੀਚ ਦੇ ਬਿਲਕੁਲ ਨਾਲ ਇੱਕ ਹੋਟਲ ਬਣਿਆ ਹੋਇਆ।
ਅਵੀਰ ਇੱਥੇ ਦਿਲ ਬਣਾਉਣ ਦਿਆ ਬਹੁਤ ਵਧੀਆ ਸ਼ਾਨਦਾਰ ਆਖੋ ਰੇਤ ਦੇ ਵਿੱਚ ਹੀ ਬੜਾ ਸੋਹਣਾ ਦਿਲ ਬਣਾ ਦਿੱਤਾ ਵੀਰ ਨੇ ਇੱਥੇ ਸੈੱਟ ਆ ਇਹ ਕਹਿੰਦੇ ਮੈਂ ਵੀ ਬਣਾ ਸਕਦੀ ਬਣਾ ਦੇ ਹਰ ਕੋਈ ਸਕਦਾ ਪਰ ਕਲਾਕਾਰੀ ਚੱਲ ਹੈਗੀ ਨਾ ਅਗਲੇ ਦੀ ਇਹ ਕੁੜੀ ਨੇ ਦਿਲ ਦੇ ਵਿੱਚ ਬਹਿ ਕੇ ਫੋਟੋ ਖਿਚਾ ਹੀ ਲਈ ਆ ਵੇਖ ਰਿਹਾ ਧਿਆਨ ਨਾ ਆਈ ਬਾਰ ਮਾਰਸ਼ਾਲ ਨਹੀਂ ਹੋਇਆ ਖਰਾਬ ਖਿਚਾ ਆਈ ਹੈ ਫੋਟੋ ਉਹ ਨੇ ਹੋਰ ਬਣਾ ਰਿਹਾ ਦਿਲ ਉੱਥੇ ਪਤਾ ਨਹੀਂ ਕਿਉਂ ਬਣਾ ਰਿਹਾ ਦਿਲ ਇੱਥੇ ਹੀ ਬੈਠੇ ਹਾਂ ਚੇਅਰਸ 'ਤੇ ਵਾਹ ਵਾਹ ਹੋ ਗਈ ਸ਼ਾਮ ਚੱਲੀ ਗਈ ਹੁਣ ਇੱਥੋਂ ਹੁਣ ਇਹ ਸਾਡੇ ਨਾਲ ਹੋ ਗਈ ਇੱਕ ਕਲੋਲ ਅਸੀਂ ਗਏ ਇੱਕ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਨਹੀਂ ਬਾਹਰ ਇੱਕ ਛੋਟੀ ਜਿਹੀ ਸਟਰੀਟ 'ਚ ਰੈਸਟੋਰੈਂਟ ਹੈ ਅਤੇ ਪਤਾ ਹੀ ਆ ਕਿ ਰੇਟ ਜ਼ਿਆਦਾ ਨੇ ਉਹ ਇੱਕ ਛੋਟੀ ਜਿਹੀ ਸਟਰੀਟ ਸ਼ੋਪ ਸੀ ਠੀਕ ਹੈ ਗਲੀ 'ਚ ਦੁਕਾਨ ਜੀ ਉਹਨੇ ਬਾਹਰ ਇੱਕ ਬੈਂਚ ਲਾਇਆ ਸੀ ਫਰੂਟ ਸੀ ਅਤੇ ਪਲੱਸ ਉਹਦੇ ਕੋਲ ਹੈਗੇ ਸੀ ਫਰੂਟ ਅਤੇ ਨਾਲ ਜੂਸਿਸ ਵਗੈਰਾ ਅਤੇ ਫਰੂਟ ਜੂਸਿਸ ਵਗੈਰਾ ਹੈਗੇ ਸੀ ਅਤੇ ਅਸੀਂ ਕਿਹਾ ਕੀ ਪ੍ਰਾਈਜ਼ ਆ ਇਹਦਾ ਕਿਉਂਕਿ ਕਈਆਂ ਜਗ੍ਹਾ 'ਤੇ ਚੱਲ ਡੋਲਰ 'ਚ ਵੀ ਲਿਖਿਆ ਵਾ ਕਈਆਂ ਜਗ੍ਹਾ 'ਤੇ ਰੁਪਏ ਦੇ ਵਿੱਚ ਵੀ ਲਿਖਿਆ ਜਿਹੜੀ ਇੱਥੋਂ ਦੀ ਕਰੰਸੀ ਆ ਅਤੇ ਉਹਨੇ ਮੈਨੂੰ ਕਿਹਾ ਲਾਰਜ ਫੋਰ 20 ਮੈਂ ਕਿਹਾ ਰੁਪਇਆ ਕਹਿੰਦਾ ਯੈਸ ਜਾਂ ਤਾਂ ਉਹਨੂੰ ਭੁਲੇਖਾ ਪੈ ਗਿਆ ਅਤੇ ਜਾਂ ਹੋ ਸਕਦਾ ਰੱਬ ਕਰੇ ਮੈਨੂੰ ਵੀ ਪੈ ਗਿਆ ਹੋਵੇ ਕੋਈ ਜ਼ਰੂਰੀ ਨਹੀਂ ਆ ਅਤੇ ਮੈਂ ਕਿਹਾ ਠੀਕ ਹੈ ਭਾਈ 20 ਰੁਪਇਆ ਮੈਂ ਕਿਹਾ 100 ਰੁਪਏ ਦੀ ਪਲੇਟ ਹੋਊਗੀ ਫਰੂਟ ਦੀ ਅਤੇ ਆਪਾਂ ਲੈ ਲੈਂਦੇ ਹਾਂ ਅਸੀਂ ਮੰਗਾ ਲਈ ਪਲੇਟ ਉਹ 5-7 ਮਿੰਟ ਬਾਅਦ ਪਲੇਟ ਲੈ ਆਇਆ ਪਲੇਟ ਵੇਖ ਕੇ ਮੈਨੂੰ ਲੱਗਾ ਨਹੀਂ ਕਿ ਇਹ 100 ਰੁਪਏ ਦੀ ਹੋਊਗੀ ਠੀਕ ਹੈ ਕਿ ਅਚਲ ਮੈਂ ਕਿਹਾ ਆਪਾਂ ਮਾਲਦੀਵ 'ਚ ਬੈਠੇ ਹਾਂ ਇਹ ਤਾਂ ਚੀਜ਼ਾਂ ਮਹਿੰਗੀਆਂ ਮੈਨੂੰ ਭੁਲੇਖਾ ਲੱਗਾ ਕਿ ਮੈਂ ਕਿਹਾ ਇੱਕ ਵਾਰੀ ਮੈਂ ਕਨਫਰਮ ਕਰਾਂ ਖਾਣ ਤੋਂ ਪਹਿਲਾਂ ਅਤੇ ਮੈਨੂੰ ਖਾਣ ਤੋਂ ਪਹਿਲਾਂ ਜਦੋਂ ਕਨਫਰਮ ਕੀਤਾ ਮੈਂ ਕਿਹਾ ਇਟ ਇਜ਼ ਫੋਰ 20 ਰੁਪਇਆ ਨਾ ਕਹਿੰਦਾ ਨੋ ਇਟ ਇਜ਼ ਫੋਰ $20 US dollars ਮੈਂ ਕਿਹਾ ਲੈ ਬਈ ਮੈਂ $20 ਦਾ ਮਤਲਬ 1600-1700 ਰੁਪਏ ਦੀ ਤੇ ਫਰੂਟ ਇੱਕ ਪਲੇਟ ਫਰੂਟ 1700 ਰੁਪਏ ਦੀਆਂ ਮੈਂ ਕਿਹਾ ਵਾਹਿਗੁਰੂ ਭਰਾ ਮੈਂ ਕਿਹਾ ਮੈਂ ਕਿਹਾ ਮੈਨੂੰ ਨਹੀਂ ਚਾਹੀਦੀ ਆ ਮੈਂ ਕਿਹਾ ਮੈਂ ਤਾਂ 20 ਰੁਪਇਆ ਸਮਝਦਾ ਪਿਆ ਵਾਂ ਕਹਿੰਦਾ ਨਹੀਂ ਦਿਸ ਇਜ਼ US currency ਮੈਂ ਕਿਹਾ US currency ਦਾ ਨਹੀਂ ਮੈਨੂੰ ਪਤਾ ਮੈਂ ਤੈਨੂੰ ਰੁਪਇਆ ਕਿਹਾ ਤੂੰ ਮੈਨੂੰ ਯੈਸ ਕੀਤੀ ਆ ਅਤੇ ਫਿਰ ਚੱਲ ਮੈਂ ਸ਼ੁਕਰ ਕੀਤਾ ਮੈਂ ਅੱਜ ਖਾਧਾ ਕੁਛ ਨਹੀਂ ਸੀ ਮੈਂ ਜਸਟ ਮੈਂ ਵੇਖ ਕੇ ਸਮਝ ਗਿਆ ਕਿ ਕੋਈ ਨਾ ਕੋਈ ਭੁਲੇਖਾ ਪਿਆ ਵਾ ਅਤੇ ਫਿਰ ਮੈਂ ਉੱਥੇ ਮਤਲਬ ਨਹੀਂ ਖਾ ਕੇ ਆਇਆ ਉਹਦਾ ਸੌਦਾ ਉਹਨੂੰ ਉੱਥੇ ਦੇ ਆਇਆ ਅਤੇ ਇੱਦਾਂ ਭੁਲੇਖੇ ਪੈ ਜਾਂਦੇ ਆ ਜਿੱਥੇ ਜਿਹੜੇ ਦੇਸ਼ 'ਚ 2-2 ਕਰੰਸੀਆਂ ਚੱਲਦੀਆਂ ਨੇ ਇਸ ਦੇਸ਼ 'ਚ 2 ਕਰੰਸੀਆਂ ਚੱਲਦੀਆਂ ਨੇ ਇਸ ਲਈ ਬੀ ਕੇਅਰਫੁਲ ਇਹ ਚੀਜ਼ਾਂ ਦੇ ਰੇਟ ਹੀ ਬੜੇ ਲਾਏ ਆ ਤੁਹਾਨੂੰ ਕਿੰਨੇ ਕਿਤੇ ਲੱਗਦਾ ਇਹ ਚੀਜ਼ ਚਲੋ ਜੇ ਆਪਾਂ ਇੰਡੀਆ 'ਚ ਦੇਖੀਏ ਤਾਂ ਇੱਦਾਂ ਦਾ ਟੈਡੀ ਬੀਅਰ 200-300 ਇੰਨੇ ਦਾ ਹੋ ਸਕਦਾ ਨਹੀਂ 500 ਦਾ 1000 ਕਹਿੰਦੀ ਪਈ ਆ ਵੈਸੇ ਮੈਨੂੰ ਤਾਂ ਨਹੀਂ ਲੱਗਦਾ ਕਿ 1000 ਦਾ ਵੀ ਹੋਊਗਾ ਇੱਥੇ 3200 ਦਾ ਆਪਣੇ ਇੰਡੀਆ ਦਾ 3200 ਰੁਪਏ ਬਣਦਾ ਇੱਥੇ ਚੰਗਾ ਬੰਦਾ ਇੱਥੋਂ ਨਾ ਖਰੀਦੇ ਆਹ ਇੱਥੇ ਕੀ ਦੇਖੀ ਹੀ ਲੱਕੜ ਦੀ ਚੀਜ਼ ਹੀ ਹੌਲੀ ਜੀ ਹੈ ਲੱਕੜ ਦੀ ਅਤੇ 50-60-100 ਰੁਪਏ ਤੱਕ ਦੀ ਆਈਟਮ ਪਰ ਇੱਥੇ 500 ਦੀ ਮਿਲਦੀ ਪਈ ਆ ਬਹੁਤ ਕੋਸਟਲੀ ਲੱਗਦਾ ਪਿਆ ਯਾਰ ਓਕੇ ਥੈਂਕ ਯੂ ਅਤੇ ਬਾਕੀ ਆਪ ਆਰਟ ਐਂਡ ਕਰਾਫਟ ਕਰਦੇ ਪਏ ਆ ਇੱਥੇ ਉਹ ਫਿਸ਼ ਮੈਂ ਥੋੜ੍ਹੀ ਜਿਹੀ ਸ਼ੋਪਿੰਗ ਕੀਤੀ ਆ ਇੱਥੋਂ US ਡਾਲਰਾਂ ਦੇ ਵਿੱਚ ਪੇ ਕਰਕੇ ਇੱਕ ਥੋੜ੍ਹੀ ਸ਼ੋਪਿੰਗ ਇੱਥੇ ਹੋਰ ਆ ਅਤੇ ਚਲੋ ਚੱਲਦੇ ਹਾਂ ਇਹ ਸ਼ੋਪ ਤੋਂ ਲਿਆ ਸਮਾਨ ਚਲੇ ਗਏ ਵਾਪਸ ਘਰ ਨੂੰ ਚਲੀਏ ਕਰ ਲਈ ਸ਼ੋਪਿੰਗ ਚਲੋ ਮਿਸ਼ਨ ਕੰਪਲੀਟਡ ਸ਼ੋਪ ਦੇ ਵਿੱਚ ਗਏ ਸੀ ਅਸੀਂ ਹੁਣੇ ਲਿਲੀ ਸਪੈਂਸਰ ਅਤੇ ਇਹਦੇ ਸਾਹਮਣੇ ਇੱਕ ਹੋਰ ਵੀ ਹੈਗਾ ਹੈ ਮਿਲਾਨੋ ਮਾਰਟ ਫਿਰ ਅੱਗੇ ਆ ਜਾਂਦੇ ਹਾਂ ਮੈਗਨਮ ਦੀ ਇੱਕ ਆਈਸਕ੍ਰੀਮ ਹੁੰਦੀ ਆਈ ਥਿੰਕ ਜਾਂ ਉਹਦੇ ਬੋਰਡ ਲੱਗੇ ਆ ਇੱਥੇ ਸ਼ੈਨੀ ਸ਼ੋਪ ਪਤਾ ਹੈਗੀਆਂ ਨੇ ਇੱਥੇ ਦੁਕਾਨਾਂ ਇਹ ਕਲੋਜ਼ਡ ਆ ਦੇਖੋ ਇੱਥੇ ਵੀ ਉਹੀ ਸਿਸਟਮ ਆ ਇਹ ਸ਼ੋਪ ਕਲੋਜ਼ ਹੋ ਚੁੱਕੀ ਆ ਪਰ ਲਾਈਟਾਂ ਵਗੈਰਾ ਸਾਰੀਆਂ ਚੱਲਦੀਆਂ ਪਈਆਂ ਸਾਰਾ ਕੁਝ ਵਿਜ਼ੀਬਲ ਆ ਬਾਹਰੋਂ ਹੀ ਇੱਕ ਸ਼ੋਪ 'ਤੇ ਆਏ ਹਾਂ ਜੀ ਹੁਣ ਪੁੱਛਣ ਲਈ ਕਿ ਇਹਨਾਂ ਕੋਲ ਬਫੇ ਹੈਗਾ ਹੈ ਵੈੱਜ ਦੇ ਵਿੱਚ ਆਈਟਮ ਸਿਰਫ ਇਹਨਾਂ ਕੋਲ 3 ਹੀ ਨੇ ਵੈਜੀਟੇਬਲ ਰਾਈਸ ਅਤੇ ਪਾਸਤਾ ਅਤੇ ਅੱਗੇ ਸਾਨੂੰ ਫਰੂਟਸ ਅਤੇ ਬਟ ਪ੍ਰਾਈਸ ਜਿਹੜਾ ਵਾ ਉਹ ਕਹਿ ਰਹੇ ਨੇ ਕਿ $15 ਪਰ ਪਰਸਨ ਦਾ ਹੈਗਾ ਹੈ ਜੋ ਉਸ ਤਰ੍ਹਾਂ ਅਗਲਾ ਕਾਰਟ 'ਚ ਮਿਲ ਜਾਏ ਤਾਂ ਸਸਤਾ ਮਿਲੂਗਾ ਕਿਉਂਕਿ ਚੀਜ਼ਾਂ ਤਾਂ ਸਿਰਫ 2 ਹੀ ਅਵੇਲੇਬਲ ਨੇ ਅਤੇ ਸੋ ਫਾਇਦਾ ਨਹੀਂ ਸਾਨੂੰ ਇੱਥੇ ਲੈਣ ਦਾ ਇਹੀ ਕੁਛ ਹੈ ਜੀ ਉਧਰਲੇ ਪਾਸੇ ਹੀ ਫਸਟ ਰੋ ਜਿੱਧਰੋਂ ਅਸੀਂ ਜਿੱਥੇ ਐਕਟੀਵਿਟੀਜ਼ ਵਗੈਰਾ ਦੁਕਾਨਾਂ ਵਾ ਫਿਰ ਇਹ 'ਚ 1-2 ਗਲੀਆਂ ਹੋ ਰਿਹਾ ਠੀਕ ਹੈ ਉਹ ਗਲੀਆਂ ਦੇ ਵਿੱਚ ਨੋਰਮਲ ਦੁਕਾਨਾਂ ਨੇ ਜਿੱਥੋਂ ਆਪਾਂ ਕੋਈ ਲੈ ਸਕਦੇ ਹਾਂ ਘਰ ਵਾਸਤੇ
फिर आ जाते अगली गली च लोगों के अपने इतने घर ने ते आ लास्ट अगे रोड आ गई तो ये अगे फिर समुंदर आ बस इन्ना कि आईलैंड आ बहुत आ इन्ना को वैसे तो बट असी अज मन पिज़्ज़ा खान का ही तो पिछे भी देख आने आ जा बाकी मन पिज्जे का वह सवेरे जिथे गए मसाला स्ट्रीट उत्थे वैरायटी घट ही ए पर वैजीटेरियन है इतने वैरायटी है ना कुछ ज्यादा ही आ मसाला पराठा कहना मसाला डोसा अनियन डोसा तो पनीर पराठा अनियन पराठा वाह वाह कुछ है पूड़ी तो आलू पूड़ी बड़ा कुछ है ये तो इतने भी तुम जाओ ट्राई कर सकते हैं पर हम तेरा मन ही कि पिज़्ज़ा खा लीए तो इन्हें सवेरे कितने पढ़िया ही उन्हें पिज़्ज़ा देखने चले जो वैज पिज़्ज़ा मिलता है तो उत्तर पिज़्ज़ा खावे नहीं तो इन्ना को वापस आ के कोई रोटी सब्जी खा के घर में चलते हैं नावियो रेस्टोरेंट इन्हें तो मोस्टली जो रेस्टोरेंट उन्होंने अपने मेन्यू बाहर रखे इन्ना को वैज फूड है ही देखते हैं वैज फूड से उन्होंने कुछ मिलता है ये वैजीटेरियन पिज़्ज़ा पढ़ के आए वैसे ही बाकी देखते हैं जो मिल जाए तो होगा ही वैसे जो लिखा ही तो बाहर भी सिटिंग हैगी ये आ गया जी पिज़्ज़ा अड्डा माफूशी दे विच सवेरे खाधा ही पनीर बटर मसाला हुण आ गया पिज़्ज़ा ਇਹ ਬਾਹਰ ਇੱਥੇ ਸਾਰਾ ਸਮੁੰਦਰ ਹੈ ਲੱਗੀਆਂ ਨੇ ਫੈਰੀਆਂ ਸਪੀਡ ਬੋਟਾਂ ਆ ਪੀਜ਼ਾ ਖਾ ਰਹੇ ਹਾਂ ਨੋਵੀਓ ਰੈਸਟੋਰੈਂਟ ਦਾ ਨਾਂ ਹੈ ਜਿੱਥੇ ਖਾ ਰਹੇ ਹਾਂ ਜੀ ਦੇਖਦੇ ਹਾਂ ਸਵਾਦ ਤੇ ਫਿਰ ਤੁਹਾਨੂੰ ਦੱਸਦੇ ਹਾਂ ਜਾ ਖਾ ਲਿਆ ਵਾ ਉੱਧਰ ਬਿੱਲ ਦੇਣ ਗਏ ਨੇ ਸਵਾਦ ਸੀ ਠੀਕ ਸੀ ਪਰ ਜੋ ਅਸੀਂ ਮਾਲੇ ਸ਼ਹਿਰ ਵਿੱਚ ਖਾਂਦਾ ਸੀ ਪੀਜ਼ਾ ਤੇ ਉਹ ਤੇ ਬਹੁਤਾ ਹੀ ਸਵਾਦ ਸੀ ਇਹ ਵੀ ਸਹੀ ਸੀ ਸਵਾਦ ਸੀ ਪਰ ਕੱਚੀਆਂ ਕੱਚੀਆਂ ਸਬਜ਼ੀਆਂ ਸੀ ਕੈਪਸੀਕਮ ਕੱਚੀਆਂ ਸੀ ਬਾਕੀ ਠੀਕ ਸੀ इतने खादा जी स्टाफ वधिया ही इन्हों का वैजीटेरियन पिज़्ज़ा इन्होंने उन्होंने बना के दिता स्वाद सी ते नाल इन्होंने कोल्ड ड्रिंक दी पैसे बने साढ़े 145 रुपया इतों का माफुशी मालदीव्स का तकरीबन 150 नूं 5 नाल गुणा कर लो 750 रुपया अंदाजा बनया 750 तो भी 25-30 रुपये घट ही बने 720-730 रुपये तो मेरे को जड़े है ही मालदीव्स के पैसे बचे वो है ही 126 फिर मैं 126 रुपया देता तो $1 देता तो बस ठीक है कहता ओके हो गया चलो फिर मैं हूँ खा पी के आ गया वापस हूँ जाने पे होटल दे विच ते ठीक है इस ब्लॉग नूं इत्थे करदे आ खत्म कल फिर तुहानू नवे ब्लॉग च मिलदे आ जिहदे विच जिहड़ियां कल वाटर एक्टिविटीज़ करनियां ने वो करांगे आप भी इंजॉय करांगे तो तुहानू भी वीडियो के रूप के जिन्ना क हो सकिया इंजॉय करावांगे जी सत श्री अकाल।